ਅਸਲਾਮ ਵਾਲੇਕੁਮ ਜੀ, ਸਮਾਨ ਐਗਰੀਕਲਚਰ 'ਚ ਵੈਲਕਮ ਕਰਦੇ ਹਾਂ। ਅੱਜ ਗੱਲਾਂ ਮੰਡੀ ਦੀ ਕੀ ਸੂਰਤ ਹਾਲ ਆ। ਮਾਸ਼ਾਅੱਲਾ ਗੰਦਮ ਦੇ ਅੰਦਰ ਬੜਾ ਇਜ਼ਾਫਾ ਦੇਖਣ ਤੋਂ ਮਿਲਦਾ ਪਿਆ। ਅਚਾਨਕ ਹੀ ਗੰਦਮ ਦੇ ਅੰਦਰ ਬੜੀ ਤਬਦੀਲੀ ਆ ਗਈ ਹੈ। ਬਾਕੀ ਮਕਈ ਦੇ ਅੰਦਰ ਬੜੀ ਬਿਹਤਰੀ ਨਜ਼ਰ ਆ ਰਹੀ ਹੈ ਅਤੇ ਧਾਨ ਮੂੰਗੀ ਦੇ ਅੰਦਰ ਬੜੀ ਬਿਹਤਰੀ, ਕਪਾਹ ਦੇ ਅੰਦਰ ਮਾਸ਼ਾਅੱਲਾ ਕੁਛ ਬਿਹਤਰੀ ਨਜ਼ਰ ਆ ਰਹੀ ਹੈ। ਕੀ ਰੇਟ ਅੱਜ ਦਾ ਤੁਹਾਡੇ ਦੋਸਤਾਂ ਦੇ ਨਾਲ ਆਪਾਂ ਰੇਟ ਸ਼ੇਅਰ ਕਰਦੇ ਹਾਂ। ਤੋ ਇਸ ਤੋਂ ਪਹਿਲਾਂ ਮੇਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ, ਜੇ ਦੋਸਤ ਚੈਨਲ 'ਤੇ ਨਹੀਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਦੋਸਤੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਅੱਜ ਆਪਾਂ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਮਕਈ ਦੀ। ਮਾਸ਼ਾਅੱਲਾ ਤੁਸੀਂ ਦੇਖਦੇ ਪਏ ਹੋ ਗੱਲਾਂ ਮੰਡੀ ਦੇ ਅੰਦਰ ਹਰ ਤਰਫ ਮਕਈ ਮਕਈ ਹੋਈ ਪਈ ਆ। ਕਿਸ ਤਰ੍ਹਾਂ ਮਾਸ਼ਾਅੱਲਾ ਟਰੈਕਟਰ ਟਰਾਲੀਆਂ ਲੱਗੇ ਪਏ ਆ, ਤੁਸੀਂ ਦੇਖਦੇ ਪਏ ਹੋ ਢੇਰਾਂ ਦੇ ਢੇਰ ਹੋਏ ਪਏ ਆ। ਅਗਰ ਆਪਾਂ ਗੱਲ ਕਰਦੇ ਹਾਂ ਮਕਈ ਦੇ ਰੇਟ ਦੀ, ਮਾਸ਼ਾਅੱਲਾ ਦੋਸਤੋ ਤਕਰੀਬਨ 2,100 ਲੈ ਕੇ 2,250 ਰੁਪਏ ਤੱਕ ਜਿਹੜੀ ਮਕਈ ਹੈ ਉਹ ਫਰੋਖਤ ਹੋਣ ਰਹੀ ਆ। ਬਾਕੀ ਬਾਅਦ ਔਕਾਤ ਮੰਡੀਆਂ ਦੇ ਅੰਦਰ 2,500 ਦੇ ਲਗਭਗ ਜਿਹੜੀ ਮਕਈ ਹੈ ਫਰੋਖਤ ਹੋਣ ਰਹੀ ਆ। ਅਗਰ ਆਪਾਂ ਗੱਲ ਕਰਦੇ ਹਾਂ ਦੋਸਤੋ ਮੂੰਗੀ ਦੀ, ਮੂੰਗੀ ਦੇ ਅੰਦਰ ਬੜਾ ਬੇਤਹਾਸ਼ਾ ਇਜ਼ਾਫਾ, ਜ਼ਬਰਦਸਤ ਇਜ਼ਾਫਾ, ਬੜੀ ਇੰਟਰੀ ਮੂੰਗੀ ਦੀ ਹੋ ਗਈ ਹੈ। ਮਾਸ਼ਾਅੱਲਾ 9,300 ਰੁਪਏ ਤੱਕ ਜਿਹੜੀ ਮੂੰਗੀ ਆ ਉਹ ਫਰੋਖਤ ਹੁੰਦੀ ਹੋਣ ਰਹੀ ਆ। ਅਗਰ ਗੱਲ ਕਰਦੇ ਹਾਂ ਮੂੰਜੀ ਦੀ, ਝੋਨੇ ਦੀ, ਧਾਨ ਦੀ, ਉਹਦੇ ਅੰਦਰ ਬੜੀ ਬਿਹਤਰੀ ਨਜ਼ਰ ਆ ਰਹੀ ਹੈ। ਪਹਿਲੇ ਦੀ ਨਿਸਬਤ ਮਾਸ਼ਾਅੱਲਾ ਦੋਸਤੋ ਤਕਰੀਬਨ ਇਜ਼ਾਫਾ ਹੋਇਆ ਵਾ। ਅੱਜ ਧਾਨ ਮੂੰਜੀ ਦੀ ਜਿਹੜੀ ਆ 4,300-4,400 ਰੁਪਏ ਤੱਕ ਫਰੋਖਤ ਹੋਈ ਆ ਗੱਲਾਂ ਮੰਡੀ ਦੇ ਅੰਦਰ। ਅਗਰ ਗੱਲ ਕੀਤੀ ਜਾਵੇ ਦੋਸਤੋ ਕਪਾਸ ਦੀ, ਕਪਾਸ ਦਾ ਜਿਹੜਾ ਰੇਟ ਆ ਉਹ ਤਾਂ ਬਹੁਤ ਬਿਹਤਰ ਆ, ਲੇਕਿਨ ਅਗਰ ਗੱਲ ਕੀਤੀ ਜਾਵੇ ਖਰੀਦਾਰੀ ਦੀ, ਕਿਸਾਨ ਭਾਈਆਂ ਦੇ ਨਾਲ ਬੜਾ ਜ਼ੁਲਮ ਹੋ ਰਿਹਾ ਇਸ ਵਾਰ ਕਣਕ ਗੰਦਮ ਦੀ ਤਰ੍ਹਾਂ। ਜਿਸ ਤਰ੍ਹਾਂ ਗੰਦਮ ਦਾ ਸਟਾਰਟਿੰਗ ਦਾ ਯਾਨੀ ਕਿ ਕਿਸਾਨ ਭਾਈ ਨੂੰ ਠੋਕਰ ਲੱਗੀ ਸੀ, ਬਿਲਕੁਲ ਸੇਮ ਕਪਾਹ ਦੀ ਕੰਡੀਸ਼ਨ ਹੋ ਰਹੀ ਆ। ਕਪਾਹ ਦਾ ਜਿਹੜਾ ਰੇਟ ਆ ਉਹਦੇ ਤਕਰੀਬਨ ਦੋਸਤੋ 9,500 ਰੁਪਇਆ ਹੈਗਾ, ਲੇਕਿਨ ਹੜਤਾਲ ਕੀਤੀ ਹੋਈ ਆ। ਬਾਹਰੋਂ ਬਾਹਰ ਕਿਸਾਨ ਭਾਈਆਂ ਕੋਲ ਖਰੀਦੇ ਪਏ ਆ 5,000-6,000 ਰੁਪਏ ਨੂੰ, ਇਹੀ ਕਹਿ ਕੇ ਮੰਡੀ ਦੇ ਅੰਦਰ ਹੜਤਾਲ ਆ। ਲੇਕਿਨ ਬਾਅਦ 'ਚੋਂ ਇਹੀ 5,000-6,000 ਨੂੰ ਲੈ ਕੇ ਫੈਕਟਰੀਆਂ ਵਾਲਿਆਂ ਨੂੰ 8,000 ਰੁਪਏ ਤੱਕ ਯਾਨੀ ਕਿ ਫਰੋਖਤ ਕਰਦੇ ਪਏ। ਅਗਰ ਗੱਲ ਕਰੇ ਗੰਦਮ ਮਾਸ਼ਾਅੱਲਾ 2,800 ਰੁਪਏ ਤੱਕ ਫਰੋਖਤ ਹੋਣ ਰਹੀ ਆ। ਬਾਅਦ ਔਕਾਤ ਮੰਡੀਆਂ ਦੇ ਅੰਦਰ 3,500 ਲਾਹੌਰ, ਇਸਲਾਮਾਬਾਦ, ਇਹਨਾਂ ਦੇ ਅੰਦਰ ਤਕਰੀਬਨ ਜਿਹੜੀ ਗੰਦਮ ਉਹ 3,800-3,900 ਰੁਪਏ ਤੱਕ ਫਰੋਖਤ ਹੋਣ ਰਹੀ ਆ। ਇਸ ਦੇ ਬਾਰੇ ਤੁਹਾਡਾ ਕੀ ਖਿਆਲ ਆ? ਤੁਹਾਡੇ ਇਲਾਕੇ ਦੇ ਤਮਾਮ ਅਜਨਾਦ ਦਾ ਕੀ ਰੇਟ ਆ ਸਾਨੂੰ ਲਾਜ਼ਮੀ ਦੱਸੋ। ਅੱਲਾ ਹਾਫਿਜ਼।